ਇਹਨਾਂ ਦੇ ਘਰੇ ਦੋਧੀ ਆਇਆ ਸੀ ਉਹਨੇ ਆ ਕੇ ਦੱਸਿਆ ਕਿ ਇੱਥੇ ਇਹਨੇ ਡੈੱਡ ਬੋਡੀ ਹੈਗੀ ਆ ਦੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੀ ਕਮਲਾ ਨਹਿਰੂ ਕਲੋਨੀ ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਖਬਰ ਹੈ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਮਰਨ ਵਾਲਿਆਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਕੀ ਤੁਹਾਨੂੰ ਮੈਸੇਜ ਆਇਆ ਕੌਣ ਨੇ ਤੁਹਾਡੇ ਮੇਰੀ ਸਿਸਟਰ ਹੈ ਛੋਟੀ ਸਭ ਤੋਂ ਕੀ ਨਾਮ ਕੀ ਹੈ ਜੀ ਜਸਵਿੰਦਰ ਕੌਰ ਕਦੋਂ ਕੋ ਤੁਹਾਨੂੰ ਕਦੋਂ ਪਤਾ ਲੱਗਿਆ ਕੀ ਪਤਾ ਲੱਗਿਆ ਚੰਗਾ ਮੈਨੂੰ 10 ਵਜੇ ਪਤਾ ਲੱਗਿਆ ਜੀ ਅਸੀਂ ਨਹੀਂ ਵਸੀ ਦੋ ਨੰਬਰ ਗਲੀ 'ਚ ਰਹਿੰਦੇ ਬੰਧਨ ਹਸਪਤਾਲ ਦੀ ਗਲੀ 'ਚ ਕੀ ਦੱਸਿਆ ਗਿਆ ਜੀ ਹੁਣ ਮੈਨੂੰ ਫੋਨ ਆਇਆ ਜੀ ਕਿਸੇ ਕੋਲ ਕਹਿੰਦੇ ਵੀ ਤੁਹਾਡੇ ਤਿੰਨਾਂ ਜਣਿਆਂ ਦੀ ਡੈਥ ਹੋ ਗਈ ਇਹਨਾਂ ਸਾਡੇ ਸਾਹਮਣੇ ਨਾ ਇਹਨਾਂ ਦੇ ਭਾਂਜੇ ਨੇ ਫੋਨ ਕੀਤਾ ਇਹਨਾਂ ਦੀ ਬੇਟੀ ਵੀ ਉਹਦਾ ਕੀ ਨਾਮ ਹੈ ਹੈ ਉਹ ਗੁੱਡੂ ਗੁੱਡੂ ਕਹਿੰਦੇ ਉਹਨੂੰ ਬਾਕੀ ਪੱਕਾ ਨਾਮ ਮੈਨੂੰ ਬਾਹਲਾ ਮੈਂ ਕਦੇ ਇਹਨਾਂ ਗਿਆ ਨਹੀਂ ਬੇਟਾ ਫੋਰਨ ਵੀ ਰਹਿੰਦਾ ਹੈ ਹਾਂਜੀ ਕਿੱਥੇ ਰਹਿੰਦਾ ਹੈ ਇੰਗਲੈਂਡ ਹੈ ਜੀ ਕਿੰਨਾ ਚਿਰ ਹੋ ਗਿਆ ਉਹਨੂੰ ਹੋ ਗਏ 6-7 ਸਾਲ ਹੋ ਗਏ मैं मकान पाया ढा के द्वारा मैं मिस्त्री हां फिलहाल पुलिस वालों मामला दर्ज कर लिया गया मामले की गंभीरता नाल जांच शुरू कर दी गई है सुबह सानू फोन आया इन्हां दे घरे दोधी आया सी उन्हें आके दस्या कि इत्थे इन्हें डैड बॉडी हैगी आ इन्हां दे घरे पईआं ते तो अगे हुण तफ्तीश कर रहे हां देखो तुहानूं की लगदा की होया है सानूं तां इह लगदा मर्डर होया कोई अपना जगह वैपन नाल किस तरह दा कोई वैपन गोली वगैरह मारी हां हां तिन्नां दी गोली तिन्नां दी कित्थे मारी गई गोली नहीं कुछ नहीं पता ਅਜਿਹੀਆਂ ਘਟਨਾਵਾਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜਾ ਕਰਦੀਆਂ ਨੇ ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਖਾਸ ਰਿਪੋਰਟ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ